Good morning, welcome to my channel. Tastical. Aaj hai ga sada day 3 in Silverton. Hana? Te assi utthe tak 11 baje aaj. Kyun kal hike pe gaye si kal tired ho gaye. Raati fir assi walk te chale gaye kinni dur? Do var walk te chale gaye. Shibara shaam hi gaye apni upar jehdi sadi hai gi ohde naal fir assi aap chale gaye. Te tired ho gaye si hun assi utthe late aaj assi breakfast karan lage late. Husband ने कर लिया मैं कर लगी आज दा plan है पता नहीं क्योंकि आज मीं पैंदा पिया या I don't think कि आप hike ते जावांगे दसो how was yesterday? Yesterday was very tiring yeah बढ़िया सी ना असे उपदे ऊपर भी पिछले पासे गए से तेरे तो सीधा पहाड़ चढ़ के हैगा ਤੇ ਅੱਜ ਦਾ ਕੀ ਆ ਅੱਜ ਦੇਖਦੇ ਆ ਜਮੀਨ ਨਹੀਂ ਪਿਆ ਵੈਸੇ ਤਾਂ ਮੀਂਹ ਦੱਸਿਆ ਹੋਇਆ ਨਾ ਦੇਖੋ ਮਾਰਨਿੰਗ ਦੀ ਚਾਹ ਬ੍ਰੇਕਫਾਸਟ ਮੀਂਹ ਆਈ ਡੋਨਟ ਨੋ ਕਿ ਕਣੀਆਂ ਦੱਸਦੀਆਂ ਤੁਹਾਨੂੰ ਕਿ ਨਹੀਂ ਵਧੀਆ ਵੈਦਰ ਆ ਬਸ ਮੀਂਹ ਨਾ ਪਵੇ ਨਾ ਫਿਰ ਠੀਕ ਹੁੰਦਾ ਇੱਥੇ ਪਰ ਕੱਲ੍ਹ ਤਾਂ ਗਰਮੀ ਵੀ ਬਹੁਤ ਸੀ ਹਾਈਕ ਵੀ धूप थी धूप सन था सन सनी वेदर था चलो अपन कर लिए ब्रेकफास्ट हाँ जी असी रेडी हो गए हैं ते असी चले हैं घूमन नू पता नहीं क्योंकि बाहर वेदर तो इदा ही सीगा मीनू पैंदा पिया सीगा सो दिल तो नहीं सीगा बट चले हैं किथे चले हैं ये नहीं पता हाँ जी किथे चले हैं आपा क्योंकि बार बारिश आ हाइके दा प्रोग्राम कैंसल कर दिता कज ऑफ रेन ते ता करके हुन पता नहीं असी बाहर किथे नु निकलन लगे हैगे आ सोचिया सीगा भी चले थे एक होर कहंदे सानू जेडी ऊपर साडे जेडे ओनर आ कहंदे भी इत्थे एक होर हाइक हैगी आ जिन्नो छोटी हाइक आ भी ज्यादा डेंजरस जाना ज्यादा जदा है नहीं की सो असी सोचा सी असं जावांगे बट आई डोंट थिंक कि आप जावांगे बिकॉज ऑफ रेन हो गई आ वैदर इदा दा आ भी जिदा ना डिप्रेशन जिहा हुंदा बिस्ती च सिर्फ यही गल नहीं वधिया उदा ग्रीनरी बहुत आ बट आ गल नहीं हैगी कि इत्थे रेन 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 बहुत हुंदी रहिंदी आ सो इधर लभदे पए ने किधर जाना आ किधर नहीं देखदे आ सोचदे आ असी निकल गए ਆ ਜੀਪੀਐਸ ਲਾਇਆ ਬਟ ਆਈ ਡੋਨਟ ਨੋ ਕਿੱਥੇ ਆਹੀ ਆ ਨਾ ਵੈਦਰ ਹਾਂ ਗ੍ਰੀਨਰੀ ਬਹੁਤ ਆ ਬਹੁਤ ਆ ਬਹੁਤ ਆ ਅਤੇ ਟਾਊਨ ਵੀ ਬਹੁਤ ਛੋਟਾ ਜਿਹਾ ਆ ਲਾਈਕ 200-300 ਲੋਕਾਂ ਦੀ ਆਬਾਦੀ ਹੋਣੀ ਆ ਨਾ ਬਟ ਸਿਰਫ ਇਹੀ ਗੱਲ ਆ ਕਿ ਇੱਥੇ ਤੇ ਵੀ ਕੱਲ ਗਏ ਸੀਗੇ ਉਹ ਵੀ ਮੈਂ ਤੁਹਾਨੂੰ ਦਿਖਾਉ ਦੇਖੂੰਗੀ ਅੱਜ ਦੁਬਾਰਾ ਜਾਵਾਂਗੇ ਕਿਉਂਕਿ ਕੱਲ ਮੈਂ ਉਹਦਾ ਬਣਾਇਆ ਨਹੀਂ ਵਲੌਗ ਨਹੀਂ ਬਣਾਇਆ ਵੀ ਵਿਲ ਟਰਾਈ ਟੂ ਗੋ ਟੁਡੇ ਕੱਲ ਤਾਂ ਕੱਲ ਸਵੇਰੇ ਵੈਦਰ ਕਿੱਦਾਂ ਦਾ ਆ ਡੋਨਟ ਨੋਟ ਕਨੋ ਲੇਕ ਸਾਈਡ ਕੈਂਪ ਰੋਡ ਮਿਲਦੇ ਹਾਂ ਅੱਗੇ ਜਾ ਕੇ ਉਹ ਦੇਖੋ ਪਹਾੜਾਂ ਦੇ ਵਿੱਚ ਦਿਸਦਾ ਨਾ ਜਿੱਦਾਂ ਕਿ ਬੱਦਲ ਥੱਲੇ ਥੱਲੇ ਜੇ ਆਏ ਹੁੰਦੇ ਤੇ ਉਹ ਕਹਿੰਦੀ ਕਿ ਉਹਨੂੰ 26-27 ਸਾਲ ਹੋ ਗਏ ਇੱਥੇ ਇੱਥੇ ਰਹਿੰਦੀ ਆ ਇੱਥੇ ਇੱਕ ਨਿਊ ਡੈਨਵਰ ਆ ਪਰ ਉੱਥੇ ਸੀ ਫਿਰ ਇੱਥੇ ਇੱਕ ਘਰ ਸੀਗਾ ਇਹਨਾਂ ਨੇ ਲਿਆ ਸਰਵਟਨ 'ਚ ਘਰ ਸਾਨੂੰ ਦਿਖਾ ਕੇ ਆਈ ਆ ਉਹ ਵੀ ਛੋਟੇ 2 ਮਿੰਟ ਦੀ ਵਾਕ 'ਤੇ ਸੀਗਾ ਸੋ ਹੁਣ ਇੱਥੇ ਰਹਿੰਦੀ ਵੀ ਆਹੀ ਇਸ ਟਾਊਨ 'ਚ ਹੀ ਰਹਿੰਦੇ ਨੇ ਪਰ ਕਿੱਦਾਂ ਦੇ ਹੋਣਗੇ ਕੀ ਕਰਦੇ ਹੋਣਗੇ ਆਈ ਡੋਨਟ ਨੋ ਹਾਂਜੀ ਆਹ ਦੇਖੋ ਇੱਥੇ ਇੱਦਾਂ ਹੁਣ ਸੜਕਾਂ 'ਤੇ ਜਾਈ ਜਾਂਦੇ ਅਸੀਂ
ਵੀ ਗ੍ਰੀਨਰੀ ਗ੍ਰੀਨਰੀ ਜਿੱਥੇ ਦੇਖੋ ਗ੍ਰੀਨਰੀ ਆ ਵੀ ਘਰ ਸੋਹਣੇ ਘਰ ਉਹਨਾਂ ਨੇ ਮੈਂਟੇਨ ਰੱਖੇ ਹੋਏ ਆ ਵੱਡੇ ਵੱਡੇ ਆ ਵੀ ਇੱਕ ਇੱਕ ਲੋਟ 'ਚ ਪਰ ਕਿੰਨੇ ਕਿੰਨੇ 'ਚ ਇੱਕ ਇੱਕ ਘਰ ਹੀ ਆ ਹਾਂਜੀ ਅੱਗੇ ਦੇਖਿਓ ਉਹ ਦੇਖੋ ਪਾਣੀ ਦਾ ਝਰਨਾ ਪਹਾੜਾਂ ਦੇ ਵਿੱਚੋਂ ਦੀ ਪਾਣੀ ਆਉਂਦਾ ਪਿਆ ਜਿਹੜੀ ਆਈਸ ਮੈਲਟ ਹੁੰਦੀ ਆ ਸੋਰੀ ਸਨੋ ਮੈਲਟ ਹੁੰਦੀ ਆ ਸਨੋ ਜਾ ਕਿਉਂਕਿ ਸਨੋ ਪਈ ਹੁੰਦੀ ਆ ਸਨੋ ਮੈਲਟ ਹੁੰਦੀ ਆ ਉਹਦੀ ਪ੍ਰੋਪਰ ਵਰਡ ਸਨੋ ਕਹਾਂਗੇ ਆਪਾਂ ਸਾਡੇ ਪਿੱਛੇ ਮੋਟਰਸਾਈਕਲ ਬਹੁਤ ਮੋਟਰਸਾਈਕਲ ਤਿੰਨ ਚਾਰ ਜਣੇ ਮੋਟਰਸਾਈਕਲਾਂ ਦੇ ਆਉਂਦੇ ਪਏ ਨੇ ਰੇਲ ਦੇ ਹਾਂ ਵੀ ਸੋਹਣਾ ਆ ਪਾਣੀ ਆ ਇੱਧਰ ਬਟ ਇਹ ਨਵੇਂ ਜਿਮ ਨਵੇਂ ਬੰਦੇ ਦੇ ਲਈ ਡੀ ਸੀ ਆ ਕੇ ਰਹਿਣਾ ਇਜ਼ ਟੂ ਹਾਰਡ ਕਿਉਂਕਿ ਐਕਸਪੈਂਸਿਵ ਆ ਕਹਿੰਦੇ ਮੈਂ ਵੀ ਦੇਖਿਆ ਐਕਸਪੈਂਸਿਵ ਹੈਗਾ ਕਿਉਂਕਿ ਇੱਕ ਨਿੱਕਾ ਟਾਊਨ ਆ ਕੁਛ ਨਹੀਂ ਹੈਗਾ ਪ੍ਰੋਵਾਈਡ ਉੱਥੇ ਇੱਕ ਇੱਕ ਬੰਦੇ ਨੇ ਜੇ ਅੱਠ ਹਜ਼ਾਰ ਪੰਜ ਦਾ ਵੀ ਚੀਜ਼ ਅੱਠ ਹਜ਼ਾਰ ਤੋਂ ਨਹੀਂ ਅੱਠ ਦੇ ਲੋਕਾਂ ਨੇ ਤਾਂ ਲੈਣੀ ਲੈਣੀ ਆ ਹਾਂਜੀ ਆ ਸਾਡੇ ਸਾਡੇ ਘਰ ਕਹਿੰਦੀ ਗੱਡੀ ਦੇ ਸਾਹਮਣੇ ਨਾ ਇੱਕ ਵੈਨ ਜੀ ਜਾਂਦੀ ਆ ਇਹ ਸਣਕੀ ਬੁੜਾ ਜਿਹਾ ਲੱਗਦਾ ਆ ਜਿੱਦਾਂ ਸਣਕੀ ਬੰਦਾ ਹੁੰਦਾ ਕੋਈ ਹੈਗਾ ਬੁੱਢਾ ਜਿਹਾ ਲੱਗਦਾ ਆ ਕਿਉਂਕਿ ਇੰਨੇ ਹੱਥ ਕੱਢਿਆ ਹੱਥ ਤੋਂ ਮੈਨੂੰ ਤਾਂ ਲੱਗਾ ਜਿੱਦਾਂ ਬੜਾ ਜਿਹਾ ਲੱਗਦਾ ਇਹਨੇ ਹੁਣ ਫਲੈਸ਼ਰ ਦੇ ਲਿਆ ਹਾਂਜੀ ਇੱਧਰਲੇ ਇੱਕ ਪਾਸੇ ਪਹਾੜ ਆ ਇੱਕ ਪਾਸੇ ਥੱਲੇ ਪਾਣੀ ਚ ਵਗੀ ਜਾਂਦਾ ਹੈਗਾ ਆ ਉਹ ਦੇਖੋ ਪਾਣੀ ਦਾ ਇਹ ਸਾਰੀ ਨਦੀ ਇੱਕ ਪਾਸੇ ਜਾਂਦੀ ਆ ਠੰਡਾ ਦੀ ਹੁੰਦੀ ਹੋਣੀ ਆ ਗਰਮ ਦੀ ਤਾਂ ਨਹੀਂ ਹੋਣ ਲੱਗੀ ਤਾਂ ਠੰਡੇ ਦੀ ਨੀ ਫੋਨ ਜਾਂ ਪਾਣੀ ਦੀ ਸਟੀਮ ਜੀ ਹੁੰਦੀ ਉਹ ਉਹਦੇ ਚ ਕੁਛ ਦੇਖਣਾ ਤਾਂ ਕੀ ਵਧੀਆ ਇੱਕ ਪਾਸੇ ਸਾਰੀ ਨਦੀ ਇੱਕ ਪਾਸੇ ਵੀ ਵਿਚਕਾਰ ਇਹਨਾਂ ਨੇ ਸੜਕ ਬਣਾਈ ਹੋਈ ਆ ਦੇਖੋ ਆਹ ਪਾਣੀ ਆ ਆਹ ਪਹਾੜ ਨੇ ਹੋਰ ਹੀ ਕਰ ਲਓ ਅਸੀਂ ਜਿੱਥੇ ਜਾਣਾ ਉੱਥੇ 13 ਮਿੰਟ ਦੀ 13-15 ਮਿੰਟ ਦੀ ਡਰਾਈਵ ਰਹੇਗੀ ਹੈਗੀ ਆ ਰੌਕ ਲੈ ਚੱਲਦੇ ਹਾਂ ਸੁਵੀਨੀਅਰ ਰਹੂਗਾ ਘਰੇ ਜਾ ਕੇ ਬਹਿ ਕੇ ਉੱਥੇ ਰੱਖ ਦਿੰਦੇ ਹਾਂ ਤੁਹਾਡੀ ਜੈਗੁਆਰ ਦੇਖੋ ਜਿਹੜੀ ਪਿੱਛੇ ਬੈਕਯਾਰਡ 'ਚ ਖੜੀ ਆ ਹਾਂਜੀ ਅਸੀਂ ਕਾਸਲੋ 'ਚ ਐਂਟਰ ਹੋ ਗਏ ਨਾਓ ਸੈਲਿੰਗ ਟਿੰਬਰ ਫਰੇਮ ਹੋਮਸ ਵਾਟਰ ਕਮਿਊਨਿਟੀ ਇਹ ਹੈਗਾ ਰਜਿਸਟਰੇਸ਼ਨ ਏਰੀਆ ਦਾ ਲੱਗਦਾ ਨਹੀਂ ਨਾ ਨਿੱਕਰ ਕਵਰ ਹੱਥ ਦੇਖ ਕੇ ਘਰ ਦੂਰ ਦੂਰ ਹੈਗਾ ਬਟ ਦੇਖਦੇ ਤਾਂ ਹੈਗੇ ਆ ਕਾਸਲ ਚ ਪਹੁੰਚ ਗਏ ਆਹ ਦੇਖੋ ਇੱਥੇ ਕਾਫੀ ਸ਼ਾਪ ਕਲੋਜ਼ਡ ਨੈਵਰ ਮਾਈਂਡ ਬਾਹਰ ਤਾਂ ਬੈਠੇ ਆ ਬੰਦੇ ਆਈ ਡੋਂਟ ਨੋ ਮੈਡੀਕਲ ਸੈਂਟਰ ਐਮਰਜੈਂਸੀ ਮੰਡੇ ਟੂ ਫਰਾਈਡੇ 9 ਐਮਰਜੈਂਸੀ ਆ ਸਿਰਫ 9 to 5 ਹੀ ਹੋਵੇ ਉਸ ਤੋਂ ਬਾਅਦ ਦੇ ਆਰ ਨਾਟ ਅਵੇਲੇਬਲ ਅੱਜ ਦੇ ਘਰ ਨੇ ਲੋਕਾਂ ਦੇ ਘਰ ਸੋਹਣੇ ਆ ਇੱਧਰ ਭਾਵੇਂ ਹੈਗੇ ਛੋਟੇ ਛੋਟੇ ਆ ਵੀ ਪੁਰਾਣੇ ਬਣੇ ਆ ਬਟ ਮੇਨਟੇਨ ਕੀਤੇ ਹੋਏ ਆ ਇੱਕ ਤਾਂ ਘਾਹ ਕੂਹਿਆਂ ਪੂਰਾ ਕੱਟਿਆ ਹੁੰਦਾ ਆ ਵਧੀਆ ਚੀਜ਼ ਸੀਨਰੀਜ਼ ਜਿਹੜੀਆਂ ਦਿਖਾਉਂਦੇ ਹੈਗੀਆਂ ਫੁੱਲ ਫੁੱਲ ਆਏ ਆ ਇਹ ਵੋ ਆਪਣੇ ਮੈਂ ਕੈਲਗਰੀ 'ਚ ਨਹੀਂ ਆ ਚੀਜ਼ ਦੇਖੀ ਇਨਕਲੂਡਿੰਗ ਆ ਸਾਡੇ ਘਰ ਵੀ ਆਪਣੇ ਵੀ ਕਿਸੇ ਨੂੰ ਗਾਰਡਨਿੰਗ ਹਾਂ
ਕਿਸੇ ਨੂੰ ਗਾਰਡਨਿੰਗ ਦਾ ਸ਼ੌਂਕ ਹੈ ਨੀਗਾ ਆ ਦੇਖੋ ਐਂਬੂਲੈਂਸ ਮੈਂ ਇੱਥੇ ਇੱਕ ਐਂਬੂਲੈਂਸ ਦੇਖੀ ਹੈ ਬਟ ਗਾਰਡਨਿੰਗ ਦਾ ਸ਼ੌਂਕ ਨਹੀਂ ਹੈਗਾ ਸਾਡੇ ਵੀ ਆਪਣੇ ਵੀ ਬਟ ਸਾਹਮਣੇ ਦੇ ਹਾਂ ਉਹ ਦੇਖੋ ਨੀਵਾ ਜਾ ਕੇ ਥੱਲੇ ਘਰ ਉਹ ਲੇਕ ਨਹੀਂ ਸੀ ਤੈਨੂੰ ਉਹ ਸਾਹਮਣੇ ਉਹੀ ਹਾਂ ਉਹ ਵੀ ਉਹ ਤਾਂ ਮੈਂ ਦੇਖੀ ਨਹੀਂ ਹੁਣ ਦੇਖੀ ਹੈ ਇਹ ਟਾਊਨ ਥੋੜ੍ਹਾ ਜਿਹਾ ਵੱਡਾ ਲੱਗਦਾ ਉਸ ਟਾਊਨ ਨਾਲੋਂ ਫਾਰਮਰਸ ਮਾਰਕੀਟ 9:30 to 1 ਜੂਨ ਤੋਂ ਲੈ ਕੇ ਅਕਤੂਬਰ ਤੱਕ ਸ਼ੇ ਵੱਡਾ ਆ ਇੱਥੇ ਹੈਗੇ ਆ ਸਟੋਰ ਜਿੱਦਾਂ ਮਾਰਕੀਟ ਜੀ ਲੱਗਦੀ ਆ ਕਾਰ ਵਾਸ਼ ਵੀ ਹੈਗਾ ਦੇਖੋ ਮਾਰਕੀਟ ਆ ਘਰ ਕਿੰਨਾ ਵਧੀਆ ਵੱਡਾ ਆ ਹਨਾ ਕਿ ਦੋ ਘਰ ਆ ਨਹੀਂ ਤਿੰਨ ਘਰ ਨੇ ਇੱਧਰਲਾ ਇੱਧਰ ਦੋ ਉੱਧਰ ਆਪਾਂ ਕਦੇ ਨੀ ਬਾਹਰ ਬਹਿੰਦੇ ਮੈਂ ਵੀ ਜਾ ਕੇ ਸੋ ਦੇਖਦੀ ਹਾਂ ਮੈਂ ਬਾਹਰ ਬਣਾ ਚੇਰਾ ਮੰਗ ਲੈਣੀ ਆ 100-150 ਦਾ ਆਰਡਰ ਕਰੂੰਗੀ ਅੱਜ ਬਾਹਰ ਡਾਇਨਿੰਗ ਬੰਦਾ ਟੇਬਲ ਜਿਹਾ ਵਿਛਾ ਲਵੇ ਛੱਤਰੀ ਲਗਾ ਲਵੇ ਟਰੂ ਡੈਡੀਕੇਸ਼ਨ ਵਿਚ ਵੀ ਡੋਂਟ ਹੈਵ ਉਹ ਗੱਡੀ ਗੱਡੀ ਨਹੀਂ ਉਹ ਤਾਂ ਉਹ ਘੱਟੀ ਕਟਿੰਗ ਵਾਲਾ ਘਾਹ ਕੱਟ ਮਸ਼ੀਨ ਦਿਸ ਇਜ਼ ਅ ਨਾਈਸ ਪਲੇਸ ਆ ਪਾਣੀ ਦੇ ਕਿਨਾਰੇ ਆ ਉਹ ਲੋਕਾਂ ਦੇ ਘਰ ਬਣੇ ਹੋਏ ਨੇ ਨਾ ਪਾਣੀ 'ਚ ਕਰਿਓ ਆ ਦੇਖਾ ਪਾਣੀ 'ਚ ਕਿੰਨਾ ਸੋਹਣਾ ਵਿਊ ਆ ਇੱਧਰ ਉਹ ਦੂਰ ਤੱਕ ਇੱਕ ਬੋਟ ਜੀ ਗਈ ਹੋਈ ਆ ਆ ਦੇਖੋ ਬੋਟ ਹੀ ਗਈ ਆ ਪਹਾੜਾਂ ਦੇ ਵਿੱਚ ਇੱਧਰ ਸਾਹਮਣੇ ਲੋਕ ਜਿਹੜੇ ਲੋਕ ਸਾਹਮਣੇ ਰਹਿੰਦੇ ਉਹਨਾਂ ਦਾ ਕਿੰਨਾ ਵਧੀਆ ਵਿਊ ਹੁੰਦਾ ਹੋਣਾ